ਹਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਬਲੌਗ 'ਚ। ਬਾਕੀ ਅੱਜ ਪਹੁੰਚੇ ਹਾਂ ਮੋਟਰ ਪਰ ਅਤੇ ਮਾਸੜ ਕੱਢਦਾ ਰੇਹੜੀ ਦੀ ਸਫਾਈ। ਕਿੱਦਾਂ ਵਾ ਸਰ? ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਹਾਂ, ਸਬਜ਼ੀ ਸਫਾਈ ਹੁਣ ਸਫਾਈ ਬਾਈ ਹੁਣ ਕੀ ਹੈਗਾ ਅੱਜ ਮੋਟਰ ਪਰ ਪਹੁੰਚੇਗਾ। ਹਾਂ, ਖੇਤ ਬਾਹਰ ਤਾਂ ਆਪਣੇ ਕੱਪੜੇ ਜਦੇ ਗੰਦੇ ਹੋ ਜਾਂਦੇ ਮੈਂ ਆਦਮੀ ਨੂੰ ਕਿਹਾ ਪਾਈਆ ਕੇ ਰੰਗ ਲੱਗਣਾ ਲਿਆ ਕੇ ਬੁਰਸ਼ ਮਾਰ ਦੀ ਮੈਂ ਕਰਿਆ ਤਾਂ ਹੈਗਾ ਆਉਂਦਾ ਉਹਦੇ ਕੋਲ ਘਰਾਂ ਕਿਹੜੇ ਪਿਆ ਹੋਣਾ ਲਿਆ ਹੋਣਾ ਮੈਲ ਜੀ ਉਤਰਦੀ ਤਾਂ ਬਥੇਰੀ ਹੈ ਮਿੱਟੀ ਖੁੱਲੇ ਜੇ ਨਹੀਂ ਹਟਾਉਣੀ ਹੈ ਤਾਂ ਮੈਂ ਚੱਲ ਬਾਅਦ 'ਚ ਦੋ ਬਾਲਟੀਆਂ ਮਾਰ ਦੂੰਗੇ ਪਹਿਲਾਂ ਡੱਬਾ ਡੱਬਾ ਹੀ ਰੱਖੀਏ। ਹੋ ਗਈ ਕਲੀਨ ਬਾਲਟੀ ਦਾ ਦਿਖਾ ਦਿਖਾ ਦੇ ਮਸਲ ਕਿਆ ਜਗਾੜ ਲਿਆ ਬਾਲਟੀ ਦਾ ਬਾਈ ਕੁੰਡਾ ਟੁੱਟ ਗਿਆ ਤਾ ਦੱਬੇ ਸਰੀਆ ਪਾਤਾ ਕੁੰਡੇ ਨਾਲ ਚੱਕਣੀ ਔਖੀ ਦੀ ਮੈਂ ਕਹਿੰਦਾ ਸਰੀਆ ਨਾਲ ਸੌਖੀ ਚੱਕਣੀ ਜਗਾੜੀ ਆ ਤੂੰ ਵੀ ਹੈ ਮਸਲ ਬਾਈ ਪੂਰਾ ਜਗਾੜੀ ਆ ਪਾਣੀ ਗਿਰ ਦਿੰਦੇ ਯਾਰ ਹਾਂ ਮੈਂ ਕਹਿੰਦਾ ਗੇਰ ਦਿੰਦੇ ਚਾਰ ਬਾਲਟੀਆਂ ਗੇਰ ਦਿੰਦੇ ਆ ਹਵਾ ਠੰਡੀ ਆਈ ਜਾਊਗੀ ਨਾਲੇ ਮਿੱਟੀ ਨਹੀਂ ਉਡੂੰਗੀ ਹਵਾ ਚੱਲਦੀ ਆ ਠੰਡੇ ਵਾਲੀਆਂ ਬੋਤਲਾਂ ਨਹੀਂ ਪਈਆਂ ਬਾਕੀ ਬਾਬੇ ਤਾਂ ਇਹ ਬਾਬੇ ਨੂੰ ਵੀ ਟਿਕਾਣਾ ਦਾ ਪਤਾ ਹਾਂ ਉਹ ਵੀ ਆਉਣ ਵਾਲਾ ਸ਼ਵੀਲ ਵਾਸਤੇ ਬੰਦਾ ਹੀ ਲੱਭਦਾ ਹੁੰਦਾ ਨਾ ਬਾਬਾ ਫਿਰ ਮੋਟਰਸਾਈਕਲ ਇੱਥੇ ਖੜ ਗਿਆ ਬਾਈ ਫਿਰ ਜਾਣਾ ਪੈਣਾ ਚੱਲ ਦੇਖਦੇ ਹਾਂ ਲਵਾ ਆਉਂਗੇ 2 ਘੰਟੇ ਵਿੱਚ ਉਹ ਜੇ ਆ ਗਿਆ ਫਿਰ ਚੱਲਾਂਗੇ ਹਾਂ ਇਹ ਬਾਈ ਲੋ ਵੀ ਸੁੱਖੀ ਵੀ ਆ ਗਿਆ ਕਿੱਦਾਂ ਸੁੱਖੀ ਯਾਰ ਲਾਇਸੈਂਸ ਵਾਲੇ ਨੂੰ ਫੋਨ ਕਰਿਆ ਤਾ ਉਹਦੀ ਮਾਤਾ ਨੇ ਚੱਕਿਆ ਕਹਿੰਦੀ ਆ ਕੇ ਗੱਲ ਕਰਾਂ ਮੁੜ ਕੇ ਉਹਨੇ ਕਰਾਈ ਉਹਨੇ ਮੈਂ ਕੱਲ ਜਾ ਕੇ ਆਇਆ ਪਰਸੋਂ ਮੈਨੂੰ ਕਹਿੰਦਾ ਫੋਨ ਕਰਦੀ ਮੈਨੂੰ ਦੋ ਵਾਰ ਜਾਣਾ ਸਭ ਕਰਦਾ ਮੈਂ ਗੱਲ ਫੋਨ ਲਾਉਂਦਾ ਉਹਨੂੰ ਮੈਂ ਤੂੜੀਆਂ ਦਾ ਨਿਬੜੇ ਗਿਆ ਇੱਕ ਸਾਹਿਬ ਜੀ ਉਹ ਤਾਂ ਲਿਆਇਆ ਹੁਣ ਰਿਸ਼ਤੇਦਾਰਾਂ ਦੀ ਮਸ਼ੀਨ ਹੈ ਹਾਂ ਬਾਕੀ ਤਾਂ ਤੂੜੀਆਂ ਦਾ ਸਭ ਦਾ ਨਿਬੜ ਗਿਆ ਟਰਾਲੀ ਹਾਂ ਲੈ ਵੀ ਮਾਸਾ ਨੇ ਠੰਡਾ ਠਾਰ ਕਰ ਦੇਣਾ ਉਹਦੇ ਏ ਸੀ ਹੈ ਅੱਜ ਇਹਨੂੰ ਕਹਾ ਵੀ ਕੰਬਲ ਕਢਾ ਲਿਆ ਤੂੰ ਹੈ ਨਿਬੜ ਗਿਆ ਕੰਮ ਹੁਣ ਆ ਸੁੱਕੂਗੀ ਇੱਕ ਹੁਣ ਇਹਨੂੰ ਖੜ ਕੇ ਦੇਖਣਾ ਪੈਣਾ ਕਿੰਨਾ ਟਾਈਮ ਚ ਸੁੱਕ ਜੂ ਮਸਲ ਹੇੜਾ ਧੂਣੀ ਲਾ ਦਿੰਦੇ ਨਾ ਛੇਤੀ ਸੁੱਕ ਜੀ ਉਹ ਝੱਡੀ ਪਈ ਮੇਰੇ ਵੋਟ ਦੇ ਉਰੇ ਆਮ ਆਦਮੀ ਵਾਲੇ ਹੋਰ ਤਾਂ ਕੰਮ ਨਹੀਂ ਆਉਣਾ ਕੱਢਾਂ ਮਾਤਾ ਝੰਡੀ ਹੈਗੀ ਆ ਹਾਂ ਹਾਂ ਬਹੁਤ ਬੜੀ ਆ ਕੇਜਰੀਵਾਲ ਤੇ ਲੈ ਕੰਮ ਕੋਈ ਲੈ ਲੈ ਕੇਜਰੀਵਾਲ ਤੇ ਕੰਮ ਕੋਈ ਨਾਲੇ ਝਾੜੂ ਵੀ ਆ ਸਫਾਈ ਵੀ ਕਰ ਦੂ ਉੱਪਰ ਛਪਿਆ ਵਾ ਹੈ ਕੱਪੜਾ ਜਾ ਵੀ ਨੀ ਹੈਗਾ ਇਹ ਨੀ ਗੱਲ ਸਾਫ ਉਹ ਕੇਜਰੀਵਾਲ ਦੀ ਸੇਵ ਕਰੀ ਵਿਦਤ ਕਰ ਦੋ ਲਾੜੀ ਵਾਲੇ ਪਾਸੇ ਤੇ ਕਰ ਲਾੜੀ ਵਾਲੇ ਪਾਸੇ ਸੇਵ ਕਰੀ ਕੁਛ ਨੀ ਮਸਲ ਹੈ ਝੰਡੀ ਵੀ ਨੀ ਕੰਮ ਆਈ ਵੀ ਦੇਸੀ ਸ਼ੈਫ ਦੇ ਆਏ ਵੇ ਅੱਜ ਉਹਨੇ ਹਰੀ ਮਿਰਚ ਲਾਈ ਆ ਜੀ ਆਹ 2 ਲਾਈਨਾਂ ਲਾਤੀਆਂ
ਪਾਣੀ ਭਰਿਆ ਵਾ ਅਤੇ ਬਾਕੀ ਉੱਧਰ ਮਾਸੜ ਅਤੇ ਚਾਚਾ ਆਏ ਵੇ ਆ ਦੇਸੀ ਸ਼ੈਫ ਬਾਈ ਖੱਡ ਬੰਦ ਕਰਨ ਲੱਗਿਆ ਗੁਰਪੀ ਕਿਆ ਹੋ ਗਿਆ ਖੱਡ ਪੈ ਗਈ ਭਾਈ ਅਤੇ ਉੱਧਰ ਮਾਸੜ ਨੂੰ ਤਾਂ ਤੁਸੀਂ ਦੁਪਹਿਰੇ ਮਿਲੇ ਲਏ ਹੈ ਮਾਸੜ ਕਿੱਦਾਂ ਫਿਰ ਲਾਉਣ ਨਹੀਂ ਲੱਗੇ ਹੁਣ ਮਿਰਚ ਤਾਂ ਲੱਗ ਹੀ ਆ ਰਹੀ ਆ ਲੈ ਕੇ ਆਇਆ ਇੰਨੀ ਜਗ੍ਹਾ ਨੂੰ ਬਸ ਦੋ ਲਾਈਨਾਂ ਲੱਗੀਆਂ ਹਿਸਾਬ ਕਿਤਾਬ ਨੀ ਹੋਰ ਲਾਉਣਾ ਬੂਟੇ ਗਿਣ ਕੇ ਲਿਆਂਦਾ ਇਹਨੇ ਕੱਢਿਆ ਨੀ ਅਸਲ ਚ ਤੱਥ ਸਿੱਖੇ ਸਾਤੇ ਕੁਛ ਮਾੜਾ ਮੋਟਾ ਤੁਸੀਂ ਲੇਟ ਆਏ ਆ ਲੇਟ ਆਏ ਸਰੀਰ ਤੇ ਸਾਨੂੰ ਪਤਾ ਪਤਾ ਤਾਂ ਵੀ ਲਿਆ ਆਪ ਇੱਕ ਦਿਨ ਪਹਿਲਾਂ ਦਿਖਾਉਂਦਾ ਨਾ ਇਹ ਪਹਿਲੇ ਪਹਿਲਾਂ ਦਾ 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 ਦੇ ਟਿੰਗਾ ਪਾ ਕੇ ਕਿੰਨੇ ਬੁੱਟੇ ਆ ਮਿਸਤਰੀ ਦਾ ਐਸਟੀਮੇਟ ਲਾਉਂਗਾ ਤਾਂ ਹੀ ਚੜਾਈ ਹੋ ਉਹ ਤਾਂ ਹੀ ਮਿਸਤਰੀ ਦੱਸੂ ਵੀ ਇੰਨੀ ਇੱਟਾਂ ਲੱਗਣੀ ਪਤਾ ਲੱਗੇ ਚੀਜ਼ ਦਾ ਉਹ ਲਫਾਫੇ ਵਿੱਚ ਬੀਜ ਹੈ ਇਹਦਾ ਬੀਜ ਨਹੀਂ ਫਿਰ ਯਾਰ ਇਹ ਬੀਜ ਆ ਬਾਈ ਦੂਏ ਬਰੀਕ ਕਾਹਦੇ ਇਹ ਅੱਜ ਤੇ ਪਤਾ ਲੱਗਣਾ ਕਾਹਦੇ ਕਾਹਦੇ ਇਹ ਕਾਹਦੇ ਆ ਇਹ ਕੀ ਆ ਦੇ ਆ ਨਾ ਕੀ ਆ ਦੇ ਯਾਰ ਕੀਰੇ ਦੇ ਆ ਵੇਲਾ ਇਹਨਾਂ ਚ ਨੀ ਨਾ ਲੱਗਣੀਆਂ ਡੌਲਾਂ ਪਰ ਗੈਪ ਰੱਖਣਾ ਪੈਣਾ ਹੋਰ ਵੇਲਾ ਨੂੰ ਖੀਰਾ ਇਹ ਇਹ ਲਾਉਣੇ ਕਿੱਧਰ ਕਿੱਧਰ ਭਾਈ ਸਾਨੂੰ ਪਤਾ ਲੱਗਦਾ ਕਿੱਧਰ ਲਾਉਣੇ ਭਾਈ ਇੱਧਰ ਉੱਧਰ ਉੱਧਰ ਹੀ ਸਾਰਾ ਕੁਝ ਹਾਂ ਇਹਨੇ ਕਿਹਾ ਲਾਉਣਾ ਇਹਦਾ ਬੌਣੇ ਆ ਇਹਦਾ ਬਸ ਸਮਝ ਮਿਰਚਾਂ ਵਾਲੀ ਡੌਲ ਆ ਹਾਂ ਡੌਲ ਤੇ ਪਰਾਂ ਪਰਾਂ ਲਾਉਣੇ ਪਰਾਂ ਪਰਾਂ ਲਾਉਣੇ ਮਿਰਚਾਂ ਵਾਲੀ ਕੈਪ ਰੱਖੀ ਆ ਲਾਉਣੀ ਆ ਕੈਪ ਰੋ ਲਾਉਣੇ ਤੇ ਜੇ ਡੌਲਾਂ ਰਹਿ ਗਈ ਉੱਧਰ 6 ਇਹ ਲਾਉਣਾ ਆਪਾਂ ਤਕਰੀਬਨ 1 ਫੁੱਟ ਦਾ ਜ਼ਿਆਦਾ ਕੀ ਆ ਸਾਰੀਆਂ ਕੀ ਆਲਾ ਨਾ ਨਾ ਤੇ ਵੱਧ ਲੱਗਣਾ ਇਹ ਇਹਦਾ ਜ਼ਿਆਦਾ ਲੱਗੂ ਬੇਲ ਨਹੀਂ ਬਣਨੀ ਯਾਰ ਇਹਦੀ ਫੁੱਟ ਦੇ ਵੱਧੇ ਗਿਆ ਮੈਂ ਘੱਟ ਥੋੜੀ ਕਿਹਾ ਕਾਮਯਾਬ ਨੀ ਹੈਗੀ ਘੀਆ ਤਾਂ ਲੱਗ ਜੂਗੀ ਪਰ ਚੱਲਦੀ ਨੀ ਉਹਨਾਂ ਚੱਲਣਾ ਵੀ ਹੌਲੀ ਥੋੜਾ ਜਾ ਜਿਹੜਾ ਧਰਤੀ ਨੂੰ ਪਾਸਾ ਲੱਗ ਗਿਆ ਨਾ ਉਹ ਰੰਗ ਬਦਲ ਦਿੰਦਾ ਉਹ ਚਿੱਟੇ ਰੰਗ ਦਾ ਹੋ ਜਾਂਦਾ ਉੱਪਰ ਹਰੀ ਹੋ ਜਾਂਦੀ ਹੈ ਉਹ ਕੀ ਇਹਦਾ ਰੇਟ ਨਹੀਂ ਲੱਗਦਾ ਹੈਗਾ ਪੱਕੀ ਜੀ ਚ ਆ ਜਾਂਦੀ ਆ ਡੰਡੇ ਕੱਢ ਕੇ ਉੱਪਰ ਚੜ੍ਹਦੇ ਨਹੀਂ ਜਾਲ ਹਾਂ ਜਾਲ ਪਰ ਇੱਕ ਤਾਂ ਕੀ ਆ ਛੇਤੀ ਵੱਧਦੀ ਹੈ ਲਟਕਦੀ ਜਿਹੜੀ ਉਹ ਆਹੋ ਵਜਨ ਵੀ ਜ਼ਿਆਦਾ ਵਜਨ ਦੇ ਕਹਾ ਛੇਤੀ ਵੱਧਦੀ ਹੈ ਇੱਕ ਰੰਗ ਇੱਕ ਜਿਹਾ ਹੁੰਦਾ ਕੀ ਆ ਉਹਦਾ ਇੱਕ ਫਿਰ ਦਿਖਦੀ ਹੈ ਕੀ ਆ ਸਾਹਮਣੇ ਤੋੜ ਨੂੰ ਥੱਲੇ ਲਟਕਦੀ ਆ ਲਟਕਦੀਆਂ ਹੁੰਦੀਆਂ ਉਹਦੇ ਇਹ ਤੋੜਨੀ ਪੈਂਦੀ ਹੈ ਇਹ ਤਾਂ ਅਸੀਂ ਦੇਖਿਆ ਅਸੀਂ ਲਾਉਂਦੇ ਨਹੀਂ ਬੇਲਾਂ ਉਹ ਫਿਰ ਤਾਂ ਬਾਲੇ ਕੱਢ ਕੇ ਜਾਲ ਮੁੰਨਾ ਪੈਣਾ ਪਪੂਲਰ ਦੇ ਬਾਲੇ ਕੱਢ ਕੇ ਤਾਰ ਪਾਉਣੀ ਪੈਂਦੀ ਕੋਪ ਵਾਲੀ ਅੱਛਾ ਉਹਦੇ ਗੱਲ ਬਣਦਾ ਫਿਰ ਸੂਤਲੀ ਦਾ ਲਾਲਾ ਵਿੱਚ ਸੂਤਲੀ ਫੇ ਤਾਰ ਨੂੰ ਪਾਉਣੀ ਪੈਂਦੀ ਗਾ ਹਾਂ ਇੱਕਾਂ ਜਾਲ ਮਾਰ ਜਣੀ ਦੋ ਦੋ ਤਿੰਨ ਤਿੰਨ ਗੇੜ ਉਹਦੇ ਦੇਣੇ ਪੈਣੇ ਆ ਆਪਣੇ ਖਾਣੇ ਜੋਗੀ ਤਾਂ ਲਾਉਂਦੇ ਆ ਕਾਰ ਦੇ ਵੀ ਲਾਉਂਦੀ ਜਿਹੜੇ ਧਰਤੀ ਨੂੰ ਲੱਗ ਗਈ ਨਾ ਉਹ ਕੀ ਆ ਰੰਗ ਬਦਲ ਜਾਂਦਾ ਥੱਲੇ ਤੇ ਉਹਨੂੰ ਕੀੜਾ ਵੀ ਲੱਗਦਾ ਬਾਕੀ ਜਿਹੜੀ ਕੀ ਆ ਲੜਕਵੀ ਆ ਕੀ ਆ ਹੁੰਦੀ ਵੀ ਛੇਤੀ ਆ ਕੀ ਆ ਹੁੰਦੀ ਵਧੀਆ ਵਧੀਆ ਦਿਖਦੀ ਆ ਲੰਬੀ ਹੋ ਜਾਂਦੀ ਆ ਤੋੜਦਾ ਉਹਨੂੰ ਖੜਾ ਬੰਦਾ ਈਦ ਆ ਕੱਲ ਨੂੰ ਆਪਣੇ ਭਰਾ ਬਹੁਤ ਦੇਖਦੇ ਆ ਬਾਈ ਮੁਬਾਰਕ ਸਭ ਨੂੰ ਸਾਰਿਆਂ ਨੂੰ ਈਦੀਆਂ ਮੁਬਾਰਕਾਂ ਜੀ ਹਾਂਜੀ ਹਾਂ ਚਾਚੇ ਕਿਆ ਦੱਸ ਨਿਕਲਿਆ ਹਾਂ ਉਹ ਕਹਿੰਦੇ ਇੱਕ ਪਾਸੇ ਥੱਲੇ ਵਾਲੀ ਲਾਉਣੀ ਆ ਹਾਂ ਦਾਦਾ ਲੱਗਣੀ ਆ ਇਹ 7 ਫੁੱਟ ਪਰ ਮੈਂ ਤੈਨੂੰ ਕਹੀ ਜਾਂਦਾ ਹੋ ਬੇਲ ਦਾ ਫਰਕ ਰੱਖੋ ਤੇਰਾ 2 ਫੁੱਟ ਦਾ ਅੱਛਾ 4 ਫੁੱਟ ਜਿਹੜਾ ਚਾਹੀਦੀ ਕਹਿੰਦਾ ਉਹਨੂੰ ਲੈਨ ਟੂ ਲੈਨ 4 ਫੁੱਟ 7 ਫੁੱਟ ਵੀ 2 ਫੁੱਟ ਫੇਰ 2 ਫੁੱਟ ਜੇ ਜਾਲ ਵਾਲੀ ਬਣਾਉਣੀ ਹੈ ਫੇਰ ਦੂਏ ਪਾਸੇ 4 ਫੁੱਟ ਚਾਚੇ ਹੁਣ ਬੀਜ ਟੂ ਬੀਜ 4 ਫੁੱਟ ਲੈਨ ਆਰ ਲੈਨ ਜਿਹੜੀ ਲਾਈਨ ਲਾਉਣੀ 4 ਫੁੱਟ ਪਰ ਵੀ ਇੱਧਰ ਨੂੰ 7 ਫੁੱਟ ਨਾ 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 2 ਫੁੱਟ ਇੱਧਰ ਨੂੰ 2 ਫੁੱਟ ਉੱਧਰ ਨੂੰ 7 ਫੁੱਟ ਕਹਿੰਦਾ ਵੀ ਤੇ ਵੀ 2 ਫੁੱਟ ਲਾਈਨ ਤੇ ਲਾਈਨ 4 ਫੁੱਟ ਜੇ ਉੱਪਰ ਚੜਾਉਣੀ ਹੈ ਜੇ ਥੱਲੇ ਪਾਉਣੀ ਹੈ ਬੇਲ ਤਾਂ 7 ਫੁੱਟ ਲਾਈਨ ਤੇ ਲਾਈਨ ਉਹਦਾ ਮੁੰਡਾ ਲਾਉਣ ਲੱਗਿਆ ਯਾਰ ਇੱਕ ਹੁਣ ਐ ਐ ਨੂੰ ਯਾਰ ਜੇ ਤਾਂ ਲਾਈਨ ਆਪਾਂ ਨੂੰ ਕਰਨੀ ਆ ਲਾਈਨ ਲਾਉਣੀ ਆ ਹਾਂ ਫੇਰ ਤਾਂ ਬੀਜ ਲਾਉਣਾ 2 ਫੁੱਟ ਪਰ ਅੱਛਾ ਐ ਜੇ ਲਾਈਨ ਆਪਾਂ ਨੇ ਥੱਲੇ ਬੇਲ ਪੈਵੀਂ ਰੱਖਣੇ ਤਾਂ ਧਰਤੀ ਪਰ 7 ਫੁੱਟ ਅੱਛਾ ਹੁਣ ਆਵੇ ਤਾਂ ਹੀ ਬੇਲ ਫੈਲੂਗੀ ਜੇ ਬੇਲ ਉੱਪਰ ਚੜਾਉਣੀ ਆ ਤਾਂ 4 ਫੁੱਟ ਲੈਣ ਅੱਛਾ ਹਾਂ ਆ ਬੇਲੇ ਫੈਲਣਾ ਵੀ ਆ
ਉਹਨਾਂ ਉੱਪਰ ਚੜਾਈ ਵੀ ਆ। ਹਾਂ ਉੱਪਰ ਚੜਾਈ ਵੀ ਜਾਲ ਦੇ। ਆ ਜਾ ਭਾਈ ਗੁਰਪ੍ਰੀਤ ਦੱਸ ਫਿਰ ਕਿੱਧਰ ਨੂੰ ਕਿਆ ਕਰਨਾ। ਆ ਜਾ ਕਹਿੰਦੇ ਜਿਹੜਾ 2 ਫੁੱਟ ਪਰ ਲਾਉਣੀ ਹੈ ਲੈ ਥੱਲੇ ਵਾਲੀ ਲਾਉਣੀ ਹੈ ਫਿਰ 4-2 ਫੁੱਟ ਪਰ ਬੀਜ ਉਹਦਾ 7 ਫੁੱਟ ਜਗ੍ਹਾ ਪਚਾਲੀ ਚਾਹੀਦੀ ਹੈ ਲੈਣ ਤੇ ਲੈਣ ਜੇ ਥੱਲੇ ਹੈ ਇੱਕ ਡੌਲੇ ਛੱਡ ਹੋਣੀ ਆ ਬਾਈ ਬਣਾ ਖੜੀ ਨੇ ਅਕਸਰ ਨੂੰ ਮਸਲ ਗੱਬੇ ਵਾਲੀ ਡੌਲ ਪਰ ਲੱਗੂਗੀ ਮਿਰਚ ਵਾਲੀ ਸਾਈਡ ਵੀ ਡੌਲ ਛੱਡ ਹੋਣੀ ਫਿਰ ਉਹੀ ਕਹਿੰਦਾ ਗੱਬੇ ਵਾਲੀ ਮਿਲਾ ਦੋ ਉੱਧਰ ਵੀ ਰਹਿ ਜਾਣਾ 3 ਫੁੱਟ ਚਾਹੇ 3 ਫੁੱਟ ਇੱਧਰ ਰਹਿ ਜਾਣਾ ਲੈਣ ਇੱਕ ਲੱਗਣੀ ਬੀਜ ਨਾਲ ਹੀ ਨਾਲ ਆਹ ਬੀਜ ਵੀ ਇੰਨਾ ਕੇ ਉਹ ਗੱਲ ਸੋਹਣਾ ਹਾਂ ਇਹਦੀ ਨਾ ਇੱਕ ਲੈਣਾ ਹਲਾ ਦਿਓ ਇੱਕ ਗਬਲੀ ਲਾ ਦਿਓ ਇੱਕ ਪਰਲੀ ਲਾ ਦਿਓ ਆਪਾਂ ਇੱਕ ਲੈਣੇ ਫੜੀਏ ਗੱਬੇ ਗੱਬੇ ਹੋ ਜਾਓ ਪਹਿਲਾਂ ਇੱਕ ਤਾਂ ਲਾ ਲਓ ਪੂਰੀ ਬੀਜ ਦਾਲ ਨਾਲੇ ਆਪਾਂ ਨੂੰ ਬੀਜ ਦਾ ਪਤਾ ਲੱਗ ਜੂਗਾ ਆਲੇ ਦੁਆਲੇ ਨੂੰ ਫੈਲਰ ਨਹੀਂ ਇਹ ਨਹੀਂ ਨਹੀਂ ਆਹੀ ਆ ਇਹਦੇ ਕੋਲ ਹੱਥ 'ਚ ਆ ਜਿਹੜੀ ਮਿਰਚ ਤੁਸੀਂ ਲਵਾਈ ਸ਼ੁਰੂ ਕਰ ਦਿਓ ਹੈ ਦੱਸ ਹੁਣ ਕਿਆ ਸਿੱਟਾ ਕੱਢੇ ਆ ਕਿੱਕਣਾ ਲਾਉਣੀ ਕਿੱਕਣਾ 7 ਫੁੱਟ ਵਾਲਾ ਬਾਕੀ ਲੈਣ ਅਕੀਲੇ ਗੱਬੇ ਲਾਉਣ ਮਰਜ਼ੀ ਮਰਜਾਈ ਜਾਵੇ ਆਹੋ ਫਿਰ ਤਾਂ ਫੈਲਰ ਹੀ ਹੋ ਜਾਣਾ ਹੁਣ ਆਹ ਡੌਲ ਛੱਡਣੀ ਪੈਣੀ ਜੇ ਤਾਂ ਇਹਦੇ ਮਿਰਚ ਲਾਉਣੀ ਲਿਆ ਕੇ ਲੱਗਦਾ ਗਿਆ ਲਾਉਣ ਪਤਾ ਵੀ ਲਾਉਣ ਕਿੱਧਰ ਨੂੰ ਮਾਸਲ ਨੇ ਕਰਤਾ ਕੰਮ ਸ਼ੁਰੂ ਲਵਾਈ ਦਾ ਹੈ ਤਾਂ ਸਿਖਾਲਾ ਚੱਲ ਬੀਜ ਘੱਟ ਆ ਥੋੜਾ ਜਿਹਾ ਜ਼ਿਆਦਾ ਗਾਹ ਨਾ ਜਾਈ ਇੱਥੇ ਤੱਕ ਵੀ ਆ ਗਿਆ ਤਾਂ ਇਹ ਕਹਿ ਲੱਗ ਜੂ ਡੋਲ ਲੋ ਵੀ ਲਵਾਈ ਤਾਂ ਹੋ ਗਈ ਮਾਸੜ ਦੀ ਇੱਥੇ ਦੇ ਸ਼ੁਰੂ ਮਾਸੜ ਆ ਨਿਸ਼ਾਨੀ ਲਾਤੀ ਲੈਣ ਆਹ ਮਾਸੜ ਨੇ ਬਾਈ ਨਿਸ਼ਾਨੀ ਲਾਤੀ ਅਤੇ ਇੱਧਰ ਚਾਚੇ ਨੂੰ ਮਿਲਾਉਂਦੇ ਚਾਚੇ ਹਾਂ ਹੁੰਦੀ ਲਵਾਈ ਲਵਾਈ ਤਾਂ ਹੁੰਦੀ ਲੋਕਾਂ 'ਚ ਉਦੋਂ ਲੱਗ ਗਈ ਅਸੀਂ ਲਾਉਣ ਲੱਗੇ ਪੁੱਠਾ ਨਾ ਬੀਜ ਲਾਈ ਜਾਈ ਬੀਜ ਨਾ ਪੁੱਠਾ ਲਾ ਦੀ ਬੀਜ ਤਾਂ ਸਿੱਧਾ ਹੀ ਲਾਊਂਗਾ ਜਾਨੂ ਕੁੜੀ ਜਿਹੜੀ ਬਸਾ ਲਈ ਜਿਹੜੀ ਮੈਂ ਕਿਹਾ ਨਹੀਂ ਤੇ ਖੇਤ ਉੱਚੇ ਆ ਉੱਪਰ ਚੜਾ ਕੇ ਸੁਥਰੀ ਕੀ ਆਉਂਦੀ ਲਵਾਈ ਬਹੁਤ ਛੇਤੀ ਤਿਆਰ ਹੁੰਦੀ ਆ ਉਹ ਥੱਲੇ ਨੂੰ ਲਵਾਈ ਵਾਲੀ ਕੀ ਆਉਂਦੀ ਆ ਉਹ ਚਲੋ ਲੱਗ ਜੂ ਮਾਸੜ ਦੀ ਨਿਸ਼ਾਨੀ ਤੱਕ ਪਤਾ ਨਹੀਂ ਉਹਨੂੰ ਨਿਸ਼ਾਨੀ ਦੇ ਬਥੇਰਾ ਬੀਜ ਆ ਯਾਰ ਹੈਂ ਉਹ ਬੀਜ ਤਾਂ ਬਹੁਤ ਹੈ ਉਹ ਮਰੀ ਜਾਂਦਾ ਮਾਸੜ ਦਾ ਰੌਲਾ ਜ਼ਿਆਦਾ ਪਾਉਂਦਾ ਤੈਨੂੰ ਪੁੱਛਦਾ ਵੀ ਕੀ ਆ ਲਾਉਣੀ ਆਉਂਦੀ ਦੇਖ ਲੈ ਬੁੜੇ ਹੋ ਗਏ ਕੰਮਾਂ 'ਚ ਮੈਨੂੰ ਪੁੱਛਦਾ ਕੀ ਆ ਕਿੱਧਰ ਲਾਉਣੀ ਪਤਾ ਕਹਿੰਦਾ ਹੈਂ ਦੇਖ ਲਾ ਠੀਕ ਤਾਂ ਸਹੀ ਤਾਂ ਸਾਡੂ ਤੂੰ ਮਖੌਲੇ ਕਰੀ ਜਾਂਦਾ ਹੈ ਚਾਚ ਮਖੌਲ ਦੀ ਗੱਲ ਇਹਨੂੰ ਐ ਨਹੀਂ ਖਬਰ ਕਿੱਧਰ ਲਾਉਣੀ ਹੈਂ ਬਸ ਇੱਕੇ ਲਾਈਆਂ ਇੱਥੇ ਬਸ 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 ਇੱਥੇ ਤਾਂ ਨਿਸ਼ਾਨੀ ਉਹ ਇੱਥੇ ਲੱਗੀ ਵੀ ਆ ਮੁੱਕ ਲਿਆ
ला तू उधर लग गई खीरे भिंडियां रह जानियां कल लाउणियां इधरले पासे धनिया दा थोड़ा जिहा ਇਹ ਮੰਡੀ ਵਾਲਾ ਸਮਾਨ ਹੈ ਇਹ ਮੰਡੀ ਵਾਲਾ ਸਮਾਨ ਹੈ ਜੀ ਆ ਕਿੱਥੇ ਵਾਲਾ ਮੰਡੀ ਵਾਲਾ ਇਹ ਮੰਡੀ ਵਾਲਾ ਆਹ ਜਿਹੜੀ ਕੀ ਵਾਲੀ ਹੈ ਇਹ ਮੰਡੀ ਵਾਲੀ ਹੈ ਫਿਰ ਤੂੰ ਮੰਡੀ ਵਾਲੀ ਸਾਰਾ ਸਮਾਨ ਹੈ ਹੁਣ ਆਏ ਕਰਦੇ ਚੱਕਣਾ ਤਾਂ ਸਮਾਨ ਹੋਰ ਪਾਸੇ ਜਾਂਦਾ ਪੈਕ ਕਰਨਾ ਕਿਤੇ ਘਰ ਤੇ ਚੱਕਣਾ ਹੈ ਹਾਂ ਸ਼ੁਰੂ ਕਰ ਆਪਣੇ ਉਹਨੂੰ ਦੇ ਦੀ ਨਾ ਉਹਨੂੰ ਬਣਦਾ ਹੁਣ ਮੈਂ ਉੱਧਰ ਸ਼ੁਰੂ ਕਰਾਂ ਛਿੱਟਾ ਦੇ ਦੇ ਬਦਲ ਘੜੀ ਘੜੀ ਤੇ ਹੈ ਲੋ ਵੀ ਗੁਰਪ੍ਰੀਤ ਨੇ ਛੇੜਤਾ ਕੰਮ ਗੁਰਪ੍ਰੀਤ ਦੇ ਨਾਲ ਵਾਲੀ ਲੈਣ ਬਾਈ ਤੇ ਮੈਂ ਲਾਈ ਕੀ ਆ ਇਹਦੇ 'ਚ ਲਾਉਣਾ ਤਾਂ ਇਹਦੇ 'ਚ ਕਿਆ ਲਾਉਣਾ ਤਾਂ ਗੁਰੂ ਖੀਰੇ ਇਹਦੇ 'ਚ ਤਾਂ ਨਾਲ ਲੱਗਦੀ ਲਾ ਤਾਂ ਲਾਉਣਾ ਤਾਂ ਇਹਦੇ ਪਰ ਹੈ ਕਿੱਥੇ ਤੱਕ ਲੱਗ ਗਈ ਹੁਣ ਇੱਥੇ ਤੱਕ ਅਤੇ ਹੁਣ ਚੁੱਕੂਗਾ ਦੁਬਾਰਾ ਚੱਲ ਇੱਥੇ ਹੀ ਹੋਣੀ ਆ ਉਹ ਰਹਿਣ ਦੇ ਹੁਣ ਚੱਲ ਖੇਤ 'ਚ ਹੈਗਾ ਕਿਹੜੇ ਕਿਸੇ ਹੋਰ ਦੇ 'ਚ ਹੈ ਛਿੱਟਾ ਦੇਣੇ ਵਾਲਾ ਕੰਮ ਆ ਮਤਲਬ ਕਹਿੰਦੇ ਬਰੀਕ ਬੀਜ ਦਾ ਤਾਂ